ਵਿਆਸ ਵਿਚਾਰ ਕਹਿਓ ਪਰਮਾਰਥ ਵੇਦ ਵਿਆਸ ਨੇ ਰਾਮ ਨਾਮ ਸਰ ਨਹੀਂ ਵੇਦ ਵਿਆਸ ਕਿਹਨੂੰ ਕਹਿੰਦੇ ਅਸੀਂ ਵੇਦ ਵਿਆਸ ਨੂੰ ਅੱਜ ਗੁਰਮੁਖ ਕਹਿੰਦੇ ਹਾਂ ਉਹ ਵਿਆਸ ਕਹਿੰਦੇ ਸੀ ਜਦੋਂ ਵੇਦ ਸੀ ਨਾ ਜਦੋਂ ਗੁਰਬਾਣੀ ਦੇ ਕਿਸੇ ਗ੍ਰੰਥ ਨੂੰ ਵੇਦ ਮੰਨਿਆ ਹੋਇਆ ਸੀ ਨਾ ਅਸਲ ਚ ਵੇਦ ਦੇ ਵਿੱਚ ਕਿਤੇ 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 ਬ੍ਰਹਮ ਗਿਆਨ ਵਿਆਸ ਨੇ ਉਹੀ ਚੁਗਿਆ ਹੰਸ ਸੀ ਨਾ ਉਹਨੇ ਹੀਰੇ ਮੋਤੀਓ ਚੁੱਕੇ ਨੇ ਬਾਕੀ ਛੱਡਤਾ ਉਹ ਤਾਂ ਹੀ ਕਿਹਾ ਹੰਸ ਹੀਰੇ ਚੁੱਕਦੇ ਹੁੰਦੇ ਨੇ ਮੋਤੀ ਉਹਨੇ ਵੇਦ ਵਿੱਚੋਂ ਹੀਰੇ ਮੋਤੀ ਚੁੱਕ ਲਏ ਬਾਕੀ ਛੱਡਤਾ ਉਹ ਵਿਆਸ ਸੀ ਉਹ ਅੱਜ ਗੁਰਮੁਖ ਹੈ ਉਹ ਅੱਜ ਸਾਡੇ ਕੋਲ ਨਿਰੋਲ ਹੀਰੇ ਮੋਤੀਆਂ ਦਾ ਗ੍ਰੰਥ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਜਿੱਥੇ ਹੀਰੇ ਮੋਤੀ ਹੋਣ ਉਹ ਹੀਰੇ ਮੋਤੀਆਂ 'ਚੋਂ ਅਸੀਂ ਡਿਨਾਈ ਕਰ ਦਈਏ ਕਿ ਉਹ ਸਾਰਾ ਹੀ ਕੋਈ ਹੀਰਾ ਤਾਂ ਕਿਤੇ ਵੀ ਪਿਆ ਹੋਵੇ ਜੇ ਕਣਕ ਦੀ ਬੋਰੀ 'ਚ ਇੱਕ ਹੀਰਾ ਹੋਵੇ ਤਾਂ ਛੱਡ ਦੀਦਾ ਉਹਦੀ ਕੀਮਤ ਘੱਟ ਜਾਂਦੀ ਹੈ ਨਾਲੀ 'ਚ ਵੀ ਡਿੱਗਿਆ ਹੋਇਆ ਹੋਵੇ ਕੋਈ ਲਾਲ ਕੀ ਉਹਦੀ ਕੀਮਤ ਘੱਟ ਗਈ ਤੁਸੀਂ ਡਿਨਾਈ ਕਿਵੇਂ ਕਰ ਦੋਗੇ ਉਹਦੀ ਕੀਮਤ ਜਿਹੜਾ ਡਿਨਾਈ ਕਰੂ ਉਹ ਤਾਂ ਮੂਰਖ ਵੱਡਾ ਕੋਈ ਨਹੀਂ ਇਹ ਸਾਡੇ ਸਿੱਖ ਵਿਦਵਾਨ ਮੂਰਖ ਤਾਂ ਨਹੀਂ ਨੇ ਹੀਰੇ ਮੋਤੀ ਉੱਥੇ ਹੈ ਪਰ ਉੱਥੇ ਪੱਥਰਾਂ 'ਚ ਰਲੇ ਹੋਏ ਨੇ ਜੇ ਇੱਕ ਲੱਖ ਸਵਾ ਲੱਖ ਸ਼ਲੋਕ ਦੇ ਵਿੱਚ 4000 ਸ਼ਲੋਕ ਪਿਆ ਉਹੀ ਹੈ ਸਮਝ ਲਓ ਜਿਵੇਂ ਪੱਥਰਾਂ 'ਚੋਂ ਹੀਰੇ ਮੋਤੀ ਲੱਭ ਕੇ ਲਿਆਉਂਦੇ ਨੇ ਲੋਕ ਕਾਹਦੇ ਜਾਂਦੇ ਲੱਭਣ ਉਹਨਾਂ ਨੂੰ ਤਾਂ ਜਿਹੜੀ ਚੀਜ਼ ਆ ਕੰਮ ਲਈ ਉਹ ਚਾਹੀਦੀ ਆ ਉਹਨਾਂ ਨੇ ਬਾਕੀ ਪੱਥਰਾਂ ਦਾ ਕੀ ਲੈਣਾ ਤੁਸੀਂ ਲੱਭ ਲਓ ਅੱਗੇ ਉਹ ਲੱਭਦੇ ਰਹੇ ਨੇ ਹੁਣ ਸਾਨੂੰ ਸੌਖਾ ਕਰਤਾ ਲੱਭ ਕੇ ਰੱਖਤੇ ਇੱਕ ਪਾਸੇ ਰੱਖਤੇ ਕੱਢ ਕੇ ਇਸੇ ਕਰਕੇ ਲੱਗਿਆ ਵੇਦ ਕਤੇ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਵਿਚਾਰਾ ਇਹ ਗਿਆਨ ਉੱਥੇ ਵੀ ਪਿਆ ਹੀਰੇ ਦੀ ਕੋਈ ਕੀਮਤ ਨਹੀਂ ਘੱਟਦੀ ਜੇ ਜ਼ਿਆਦਾ ਪੱਥਰਾਂ 'ਚ ਵਿਸੜਦੀ ਹੈ ਉਹਦੀ ਕੀਮਤ ਉਹ ਤਾਂ ਉਹਨਾਂ ਦਾ ਹੀ ਹੈ ਉਹਦੀ ਕੀਮਤ ਉਹਦੀ ਹੋਈ ਹੈ ਉਹ ਨਹੀਂ ਘੱਟਦੀ ਹੁੰਦੀ ਇਹ ਤਾਂ 1000 ਪੱਥਰ ਪਿਆ ਜੀ ਵਿੱਚ ਹੀਰਾ ਰੱਖ ਦੇ ਛੋਟਾ ਜਿਹਾ ਜੇ ਟਰੱਕ ਬਜਰੀ ਦੇ ਵਿੱਚ 10 ਹੀਰੇ ਕੋਈ ਲਗੋ ਲਿਆਵੇ ਪਤਾ ਲੱਗ ਜਾਵੇ ਕਿਸੇ ਨੂੰ ਵੀ ਇਹ ਟਰੱਕ 'ਚ ਟਰੱਕ ਬਜਰੀ ਦੀ ਉਹਦੀ ਉਹ ਕੀਮਤ ਰਹਿ ਗਈ ਹੀਰਿਆਂ ਦੀ ਕੀਮਤ ਵਿੱਚ ਜੁੜ ਜਾਂਦੀ ਹੈ ਜਦੇ ਪਤਾ ਲੱਗਦੀ ਸਾਰੇ ਉਹ ਲੱਗਦਾ ਬਜਰੀ ਤੂੰ ਸਾਰੀ ਉਹ ਲੈ ਜਾ ਮੈਨੂੰ ਆ ਦੇ ਜਾ ਜਿਹੜਾ ਮਾਲਕ ਹੈ ਨਾ ਬਜਰੀ ਦੀ ਕੀਮਤ ਤਾਂ ਤੁਹਾਨੂੰ ਦੇ ਕੇ ਆਵੇ ਉੱਥੇ ਹੀਰੇ ਲਗੋ ਲਿਆਵੇ ਟਰੱਕ ਡਰਾਈਵਰ ਨੂੰ ਭਾੜਾ ਵੀ ਦੇ ਦੇਵੇ ਜਦ ਉਹਦੇ ਹੀਰੇ ਪਹੁੰਚ ਜਾਣਗੇ ਬਾਰਡਰ 'ਤੇ ਪਰੇ ਉਹ ਕਹੋ ਭਾਈ ਮੈਨੂੰ ਹੀਰੇ ਦੇ ਦੇ ਬਜਰੀ ਵੀ ਤੂੰ ਹੀ ਲੈ ਜਾ ਭਾੜਾ ਵੀ ਲੈ ਜਾ ਆ ਹੀਰੇ ਨਾ ਮੇਰੇ ਦੱਸੀ ਕਿਸੇ ਨੂੰ ਕੀਮਤ ਉਹਦੀ ਆਪਣੀ ਕੀਮਤ ਹੈ ਇਹਦੀ ਆਪਣੀ ਕੀਮਤ ਹੈ ਉਹਦੀ ਕੀਮਤ ਘੱਟ ਗਈ ਇਸ ਕਰਕੇ ਵੇਦਾਂ ਦੀ ਕੋਈ ਕੀਮਤ ਨਹੀਂ ਘਟੀ ਉਹਦੀ ਕੀਮਤ ਉਹਦੀ ਹੋਈ ਚਾਹੇ 1 ਲੱਖ ਰੁਪਈਆ ਕਿਤੇ ਉਹਦੀ ਹੋ ਕੀਮਤ ਉਹਦੀ ਜਿਹਨਾਂ ਨੇ ਉਹਦੀ ਕੀਮਤ ਘਟਾਈ ਆ ਉਹਨਾਂ ਨੇ ਇਹਦੀ ਵੀ ਘਟਾਤੀ ਨਿਰਾਲ ਦੀ ਵੀ ਘਟਾਤੀ ਉਹਨਾਂ ਨੇ ਇਹਦੀ ਕੀ ਕੀਮਤ ਪਾ ਲਈ ਤੁਸੀਂ ਫਿਰ ਜਿਹੜੇ ਉਹਦੇ ਖਿਲਾਫ ਨੇ ਵੇਦਿਆ ਇਹਦੀ ਦੱਸੋ ਕੀ ਕੀਮਤ ਪਾਈ ਹੈ ਇਹਦੀ ਦਿਖਾਓ ਕੀ ਕੀਮਤ ਪਾਈ ਹੈ ਤੁਸੀਂ ਜਿਹਨਾਂ ਨੇ ਉਹਦੀ ਕੀਮਤ ਪਾਈ ਹੈ ਉਹਨਾਂ ਨੇ ਇਹਦੀ ਕੀਮਤ ਪਾਈ ਹੈ ਜਿਹਨਾਂ ਨੇ ਉਹਦੀ ਕੀਮਤ ਨਹੀਂ ਪਾਈ ਇਹਦੀ ਵੀ ਨਹੀਂ ਪਾਈ ਭਗਤਾਂ ਨੇ ਉਹਨਾਂ ਦੀ ਵੀ ਕੀਮਤ ਪਾਈ ਇਹਦੀ ਵੀ ਪਾਈ ਦੋ ਇੱਕੋ ਹੀ ਚੀਜ਼ ਨੇ ਕੀ ਉਹ ਬਜਰੀ 'ਚੋਂ ਨਿਕਲੇ ਟਰੱਕ 'ਚੋਂ ਨਿਕਲੇ ਹੀਰਿਆਂ ਨੂੰ ਜੋਰ ਹੀ ਕਹਿੰਦੇ ਮੰਨ ਹੀ ਲੈਂਦਾ ਵੀ ਇਹ ਬਜਰੀ 'ਚੋਂ ਆਏ ਹੋਏ ਨੇ ਕਹਿ ਦੂਗਾ ਉਹ ਤਾਂ ਇੱਕੋ ਹੀ ਕੀਮਤ ਆ ਉਹਦੀ ਸਿਆਣਾ ਤਾਂ ਨਹੀਂ ਕਹਿੰਦਾ ਮੂਰਖ ਭਾਵੇਂ ਕਹਿੰਦੇ ਕੋਈ ਹਾਂਜੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਹੀਂ ਵਿਆਸ ਗੁਰਮੁਖਾਂ ਨੇ ਪਰਮਾਰਥ ਦੀ ਗੱਲ ਕਹੀ ਆ ਵਿਚਾਰ ਕੇ ਬਈ ਭਾਈ ਜਿੰਨੇ ਵੀ ਕਹਾਣੀਆਂ ਸਾਖੀਆਂ ਨੇ ਜਿੰਨੇ ਵੀ ਸਿਮਰਤ ਸ਼ਾਸਤਰ ਨੇ ਇਹ ਰਾਮ ਨਾਮ ਦੇ ਬਰਾਬਰ ਨਹੀਂ ਕਿਉਂਕਿ ਬਾਕੀ ਜਿਹੜੀ 34 ਅੱਖਰਾਂ 'ਚ ਗੱਲ ਆ ਜਾਂਦੀ ਹੈ ਉਹ ਰਾਮ ਨਾਮ ਨਹੀਂ ਹੁੰਦਾ ਰਾਮ ਨਾਮ 34 ਅੱਖਰਾਂ 'ਚ ਨਹੀਂ ਆਉਂਦਾ ਕਦੇ ਵੀ ਰਾਮ ਨਾਮ ਲਿਖਤ ਤੋਂ ਪਰੇ ਰਹਿੰਦਾ ਹਮੇਸ਼ਾ
ਕਿਉਂਕਿ 34 ਅੱਖਰ ਮਾਇਆ ਕੀ ਹੈ, 34 ਅੱਖਰ ਮਾਇਆ ਤਾਂ ਬਾਕੀ ਚੀਜ਼ਾਂ ਨੇ ਸਾਰੀਆਂ। ਖਿਆਨ ਆਉਂਦਾ ਹੈ, ਨਾਮ ਦਾ ਬਖਿਆਨ ਹੈ, 34 ਅੱਖਰਾਂ ਚ ਨਾਮ ਨਹੀਂ ਹੈ। ਨਾਨਕ ਨਾਮ ਬਖਾਣੇ, ਨਾਨਕ ਨੇ ਨਾਮ ਦਾ ਬਖਿਆਨ ਕੀਤਾ, ਨਾਮ ਨਹੀਂ ਹੈ, ਨਾਮ ਦਾ ਬਖਿਆਨ। 34 ਅੱਖਰਾਂ ਚ ਨਾਮ ਦਾ ਬਖਿਆਨ ਤਾਂ ਹੋਊਗਾ, 34 ਅੱਖਰਾਂ ਦੇ ਵਿੱਚ ਕਥਾ ਕਹਾਣੀਆਂ ਤਾਂ ਹੋਣਗੀਆਂ। ਇਹ ਵੀ ਹਰ ਕੀ ਕਥਾ ਹੀ ਹੈ, ਹਰ ਨਹੀਂ ਹੈ ਵਿੱਚ, ਇਹਦੇ ਨਾ ਹਰ ਹੈ ਨਾ ਹਰ ਨਾਮ ਹੈ ਇਹਦੇ ਵਿੱਚ। ਗੁਰਬਾਣੀ ਚ ਨਾ ਹਰ ਹੈ ਨਾ ਹਰ ਨਾਮ ਹੈ, ਜਿਹੜਾ ਇਹਦੇ ਚ ਨਾਮ ਹੈ ਨਾ ਉਹ ਗਿਆਨ ਵਿਖਿਆਨ, ਖਿਆਨ ਦੇ ਵਿੱਚ ਜੋ ਹੁੰਦਾ ਗਿਆਨ ਹੁੰਦਾ। ਨਾਮ ਦਾ ਗਿਆਨ, ਨਾਮ ਦਾ ਵਿਖਿਆਨ, ਨਾਨਕ ਨਾਮ ਵਿਖਾਣ। ਜਿਹੜਾ ਅਖਰ ਹੈ, ਨਾਮ ਕੀ ਹੈ, ਨਾਮ ਅਖਰ ਹੈ, ਨਾਮ ਚੇਤਨ। ਚੇਤਨ ਤਾਂ ਅੱਖਰਾਂ ਤੋਂ ਭਰੇ ਹੁੰਦਾ, ਇਹ ਅੱਖਰ ਖਿਰ ਜਾਏਗੇ। ਕਬੀਰ ਕਹਿੰਦਾ ਉਹ ਅੱਖਰ ਜਿਹਦੀ ਗੱਲ ਕਰਦੇ ਹਾਂ ਅਸੀਂ ਪਰਮੇਸ਼ਰ ਦੀ, ਉਹ ਇਹਨਾਂ ਦੇ ਵਿੱਚ ਨਹੀਂ ਹੈ।